बोलो जे सुल्फा बदनी दिया इन सुल्फा ते चेड़ी पग है सवा लाख नबियां दी लाज है कैमरामैन भाई तेन कसम पैदा करन दी इसो सौखा शेर पंजाबी दा इख्तिसार नहीं आंदा हाथों ने चुकना है जेदा ईमान है अगर सवा लाख नबियां दी लाज हुसैन दे नाने दे हाथ च ओए तेरी लाज भी ते दाहरा दे बाबे दे हाथ च ना हाथ उठा के बोली बोलो बोलो जी ਇਨਾ ਜ਼ੁਲਫਾਂ ਤੇ ਸੋਹਣੀ ਪੱਗ ਹੈ ਸਵਾ ਲੱਖ ਨਬੀਆਂ ਦੇ ਹੱਥ ਨਹੀਂ ਛੱਡ ਰਹੇ ਇਨਾ ਜ਼ੁਲਫਾਂ ਤੇ ਜਿਹੜੀ ਪੱਗ ਹੈ ਸਵਾ ਲੱਖ ਨਬੀਆਂ ਦੀ ਲਾਜ ਹੈ ਫਾਜ਼ਨੀ ਦੀਆ ਇਨਾ ਜ਼ੁਲਫਾਂ ਤੇ ਸੋਹਣੀ ਪੱਗ ਹੈ ਹਜ਼ਰਤ ਮੇਰਾਜ ਕੀ ਰਾਤ ਮੁਸੱਲਾ ਬਿਠਾ ਹੈ इब्राहिम खली इंतजार में है इस्माइल ज़मीनदार इंतजार में है जनाबे याकूब यूसुफ इंतजार में है किसका इंतजार है जैसे ही हजूर तशरीफ लाए हजरात साहब ने मुसल्ला हजूर की बारगाह में पेश किया और आवाज आई इन ज़ुल्फ़ां ते जेड़ी पग है सवा लाख नबियां दी लज है सवा लाख नबियां दी लज है बोलो यार बोलो यार बोलो आखिरी दो शेर जल्दी 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 तवज्जो रखना इन ज़ुल्फ़ां ते सोना इमामा इन ज़ुल्फ़ां ते सोना इमामा ਕਦੀ ਸ਼ਾਦੀ ਤੇ ਜਾਈਏ ਨਾ ਸ਼ਾਦੀ ਤੇ ਜਾਈਏ ਤੇ ਕੋਈ ਕੰਮੀ ਮੰਗਣ ਆ ਜਾਏ ਨਾ ਉਹ ਕਹਿੰਦਾ ਤੇਰੀ ਖੈਰ ਉਹ ਤੇਰੇ ਅੱਬੇ ਦੀ ਖੈਰ ਤੇਰੇ ਦਾਦੇ ਦੀ ਖੈਰ ਉਹ ਖੈਰ ਖੈਰ ਕਰਦਾ ਜਾਂਦਾ ਉਹਦੀ ਝੋਲੀ ਭਰ ਜਾਂਦੀ ਹੈ ਦਾਤਾ ਸਾਹਿਬ ਤੁਹਾਡੀ ਖੈਰ ਯਾਨੀ ਸਰਕਾਰ ਜੀ ਤੁਹਾਡੀ ਖੈਰ ਹੁਣ ਹੱਥ ਨੀਚੇ ਨਹੀਂ ਰੱਖਣਾ ਹੱਥ ਬੁਲੰਦ ਕਰਨਾ ਰੱਬੇ ਕਾਬਾ ਦੀ ਇੱਜ਼ਤ ਦੀ ਕਸਮ ਮਚਲ ਜਾਓਗੇ ਇਹਨਾਂ ਜ਼ੁਲਫਾਂ ਤੇ ਸੋਹਣਾ ਇਮਾਮਾ ਸਵਾ ਲੱਖ ਨਬੀ ਕਰ ਸਲਾਮਾ ਕਿਉਂਕਿ ਜ਼ੁਲਫ ਦੇਖੀ ਹੈ ਨਜ਼ਰੋਂ ਨੇ ਕਿ ਕਟਾ ਦੇਖੀ ਹੈ ਲੁੱਟ ਗਿਆ ਜਿਸਨੇ ਮੁਹੰਮਦ ਦੀ ਅਦਾ ਦੇਖੀ मोहम्मद की अदा देखी है और जुल्फे सरकार से जब चेहरा निकलता होगा जुल्फे सरकार से जब चेहरा निकलता होगा फिर भला कैसे कोई चांद को तकता पंजाबी दशहर ऐसा बात वालों 14 नंबर गली 13 सितंबर गुजर गया 14 सितंबर की शाम ढल चुकी है दाता चौक है दाता पार्क है और दाता के मलंग बैठे हैं दाता नगर में जाने वाले बिल्कुल तैयारी में हैं हर बंदा ये अपना अपना साइकिल सजा के खड़ा किया है एदे ते बैठांगा दाता साहब जावांगा कोई फर्ज नहीं है ये इश्क की बात है लेकिन आओ मैं जुमला मुकम्मल करते हुए अगले सना खान को दावा दे रहा हूँ लेकिन तवज्जो रखना तारीकियां दे फासले जुल्फां ते मुक गए सारे अरूज आप दे कदमा ते मुक गए दिया सुन के भाई सुन के तारीकियां दे फासले जुल्फां ते मुक गए सारे अरूज आप दे कदमा ते मुक गए नमाज़ा किवें पढ़ी दिया अल्लाह दे सामने ए जिक्र भी बतूल दे पुत्रां ते मुक गए ए जिक्र भी बतूल दे ए जिक्र भी बतूल दे पुत्रां ते मुक गए आखरी शेर बाबा मानी ਕਿੱਥੇ ਬਾਬਾ ਮਾਨੀ ਆਇਆ ਹੈ ਬਾਬਾ ਮਾਨੀ ਜੀ ਇਹਦੇ ਤੇ ਮੈਂ ਵਾਇੰਡ ਅਪ ਕਰਨ ਲੱਗਾ ਤਵੱਜੋ ਰੱਖਣਾ ਜ਼ਰਾ ਸ਼ੇਰ ਕਿੰਨਾ ਸੋਹਣਾ ਦੇ ਰਿਹਾ ਸੁਭਾਨ ਅੱਲਾਹ ਬੋਲੋਗੇ ਇੱਕ ਵਾਰੀ ਮੇਰੇ ਕਹਿਣ ਤੇ ਜਿਹੜਾ ਦਾਤਾ ਸਾਹਿਬ ਦੀ ਸ਼ਾਦੀ ਤੇ ਆ ਚੁੱਕੇ ਸੁਭਾਨ ਅੱਲਾਹ ਬੋਲੇ ਜਿਹੜਾ ਦਾਤਾ ਪਾਕ ਦੇ ਉਸ ਮੁਬਾਰਕ ਦੇ ਦੋਨੋਂ ਹੱਥ ਉਠਾ ਕੇ ਸੁਭਾਨ ਅੱਲਾਹ ਬੋਲੇ ਲੇਕਿਨ ਤਵੱਜੋ ਰੱਖਣਾ ਕਦੀ ਆਪਣੇ ਬਾਲ ਨੂੰ ਮੋਢਿਆਂ ਤੇ ਬਿਠਾਓ ਨਾ
ਮੈਂ ਆਪਣੇ ਪੁੱਤਰ ਛੋਟੇ ਨੂੰ ਮੋਢਿਆਂ 'ਤੇ ਬਿਠਾਵਾਂ ਨਾ, ਉਹ ਜਿੱਦੋਂ ਪੈਂਦਾ ਨਾ ਮੇਰੇ ਮੋਢਿਆਂ 'ਤੇ ਛੋਟਾ ਹੁੰਦਾ ਸੀ, ਇੱਥੋਂ ਵੀ ਵਾਲ ਫੜ ਜਾਣੇ, ਇੱਧਰੋਂ ਵੀ ਵਾਲ ਫੜ ਜਾਣੇ, ਨਾਲ ਉਹਨੇ ਮੈਨੂੰ ਪੈਰਾਂ ਦਾ ਕਲਾਵਾ ਪਾ ਲੈਣਾ, ਘੁੱਟ ਕੇ ਜੱਫੀ ਪਾ ਲੈਣੀ, ਕਿਤੇ ਜ਼ਮੀਨ 'ਤੇ ਡਿੱਗ ਨਾ ਪਵਾਂ। ਗੱਲ ਮੇਰੇ ਪੁੱਤਰ ਦੀ ਨਹੀਂ, ਗੱਲ ਤੇਰੇ ਪੁੱਤਰ ਦੀ ਨਹੀਂ, ਗੱਲ ਹਸਨੈਨ ਦੀ ਹੈ। ਸੁਭਾਨ ਅੱਲਾਹ, ਉਹਨੇ ਕਹਿਣਾ ਜਿਹੜਾ ਗੂੰਗਾ ਹੋ ਕੇ ਵੀ ਸੁਣੀ ਮਾਂ ਦਾ ਪੁੱਤਰ ਹੈ, ਜੇ ਨਹੀਂ ਮਾਂ 'ਚ ਮੂੰਹ 'ਚ ਵਿੱਚ ਸੁਭਾਨ ਤਾਂ ਅੱਲਾਹ ਵੱਲੋਂ ਨਹੀਂ ਨਾ, ਲੇਕਿਨ ਬੋਲਦੇ ਸੀ ਨਾ ਸੁਭਾਨ ਅੱਲਾਹ, ਜਿਹੜਾ ਹਸਨੈਨ ਦੇ ਨਾਂ 'ਤੇ ਨਾ ਬੋਲਿਆ ਉਹਨੂੰ ਕੀ ਪਤਾ ਦਾਤਾ ਕੌਣ ਹੈ। ਓਏ ਦਾਤਾ ਦੀ ਹਜਵੇਰੀ ਨੂੰ ਮੰਨਣਾ ਤਾਂ ਪਹਿਲਾਂ ਹਸਨੈਨ ਪਾਕ ਨੂੰ ਮੰਨ, ਤਵੱਜੋ ਰੱਖਣਾ, ਨਾ ਗੱਲ ਮੇਰੇ ਪੁੱਤਰ ਦੀ, ਨਾ ਗੱਲ ਤੇਰੇ ਪੁੱਤਰ ਦੀ, ਨਾ ਗੱਲ ਕਿਸੇ ਵਜ਼ੀਰ ਦੇ ਪੁੱਤਰ ਦੀ, ਨਾ ਗੱਲ ਕਿਸੇ ਪੀਰ ਦੇ ਪੁੱਤਰ ਦੀ, ਨਾ ਹਜ਼ਰਤ ਕਿਸੇ ਕੁਆਟਰ ਦੇ ਪੁੱਤਰ ਦੀ, ਨਾ ਦੁਨੀਆਦਾਰ ਦੇ ਪੁੱਤਰ ਦੀ, ਗੱਲ ਜ਼ਹਰਾ ਦੇ ਪੁੱਤਰ ਦੀ। ਇੰਜ ਕਰਕੇ ਨਬੀ ਪਾਕ ਦੇ ਮੋਢਿਆਂ ਤੇ ਸਵਾਰ ਨੇ ਹਜ਼ੂਰ ਦੀਆਂ ਜ਼ੁਲਫਾਂ, ਇੰਜ ਮੇਰੇ ਨਬੀ ਪਾਕ ਦੇ ਪਿਆਰੇ ਨਵਾਸੇ ਹਸਨੈਨ ਪਾਕ ਦੇ ਹੱਥਾਂ 'ਚ ਨੇ, ਨਬੀ ਪਾਕ ਨੇ ਇਸ਼ਾਰਾ ਫਰਮਾਇਆ, ਇੰਜ ਕਰਕੇ ਕਲਾਵਾ ਮਾਰਿਆ, ਹਜ਼ੂਰ ਨੇ ਫਰਮਾਇਆ ਕੀ ਪਿਆ ਸੋਚਣਾ ਹੁਸੈਨ, ਵਾਅਦਾ ਪਿਆ ਕਰਨਾ ਮੈਂ ਤੇਰੇ ਨਾਲ, ਅੱਜ ਸਾਡੀਆਂ ਜ਼ੁਲਫਾਂ ਪਕੜਦੀਆਂ ਤੇਰੇ ਨਾਲ ਵਾਅਦਾ ਰਿਹਾ, ਨਾ ਇੱਥੇ ਡਿੱਗਣ ਦਿਆਂਗਾ, ਨਾ ਮੈਦਾਨੇ ਕਰਬਲਾ 'ਚ ਡੋਲਣ ਦਿਆਂਗਾ, ਨਾ ਮੈਦਾਨੇ ਕਰਬਲਾ 'ਚ ਡੋਲਣ ਦਿਆਂਗਾ। ਹੁਣ ਤੇਰਾ ਦਿਲ ਕਰੇ ਤਾਂ ਬੋਲੀ, ਇਹਨਾਂ ਜ਼ੁਲਫਾਂ ਤੇ, ਇਹਨਾਂ ਜ਼ੁਲਫਾਂ ਤੇ, ਹਸਨੈਨ ਦੀਆਂ ਨੇ ਮੁਹਾਰਾ, ਹਸਨੈਨ ਦੀਆਂ ਨੇ ਮੁਹਾਰਾ, ਜ਼ੁਲਫਾਂ ਮਦਨੀ ਦੀਆਂ, ਮਦਨੀ ਦੀਆਂ ਜ਼ੁਲਫਾਂ ਮਦਨੀ। ਇੱਕ ਵਾਰੀ ਤੇ ਹੱਥ ਚੁੱਕ ਕੇ ਕਹਿ ਦਿਓ ਯਾਰ, ਇੱਕ ਵਾਰੀ ਕਹਿ ਦਿਓ। ਕੈਮਰਾਮੈਨ ਭਾਈ ਮੈਂ ਨਹੀਂ ਕਹਿੰਦਾ, ਸਦੀਕ ਅਕਬਰ ਨੇ ਫਰਮਾਇਆ, ਫਾਰੂਕ ਆਜ਼ਮ ਨੇ ਫਰਮਾਇਆ, ਸਦੀਕ ਅਕਬਰ ਨੇ ਤੇ ਸਾਹਮਣੇ ਖੜੇ ਕਰਕੇ ਫਰਮਾਇਆ, ਹਸਨੈਨ ਤੇਰੇ ਉੱਤੇ ਮੈਂ ਕੁਰਬਾਨ, ਮੇਰੀ ਅੰਮਾ ਕੁਰਬਾਨ, ਮੇਰਾ ਆਪਾ ਕੁਰਬਾਨ, ਮੇਰੇ ਬੱਚੇ ਕੁਰਬਾਨ। ਮੈਂ ਸਵਾਲ ਕਰਨਾ ਜਨਾਬੇ ਸਦੀਕ ਅਕਬਰ ਕੋਲੋਂ ਤੇ ਫਾਰੂਕ ਆਜ਼ਮ ਕੋਲੋਂ, ਵਜ੍ਹਾ ਕੀ ਹੈ? ਉਹ ਪਤਾ ਕੀ ਕਹਿੰਦੇ ਨੇ? ਆ ਸੁਣਿਆ ਜੇ ਫਿਰ ਬਹੁਤ ਸ਼ੁਕਰੀਆ।